ਸਸਿਕਲ ਮੈਂ ਸੰਦੀਪ ਸ਼ਰਮਾ ਇਕ ਫੇਰ ਤੋਂ ਦਰੂਬਰੂ ਹੋ ਰਿਹਾ ਹਾਂ ਦੋਸਤੋ ਇਸ ਸਾਲ 15 ਅਗਸਤ ਨੂੰ ਦੇਸ਼ ਦੇ ਵਿੱਚ 75 ਵਾ ਜਿਹੜਾ ਆਜ਼ਾਦੀ ਦਾ ਮਹੋਤਸਵ ਮਨਾਇਆ ਜਾ ਰਿਹਾ ਸੋ 75 ইয়ারਜ਼ ਹੋ ਗਏ ਹੈ ਸਾਨੂੰ ਆਜ਼ਾਦ ਹੋਏ ਇਹ ਆંકੜੇ ਕਹਿੰਦੇ ਆ ਮੈਂ ਨਹੀਂ ਕਹਿ ਰਿਹਾ ਸੋ ਇਸ ਆંકੜਿਆਂ ਦੇ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਜਿਹੜੀ ਸਾਡੀ ਰਾਸ਼ਟਰੀ ਸਰਕਾਰ ਹੈਗੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਉਹਨਾਂ ਵੱਲੋਂ ਇੱਕ ਇਹਦੇ ਨੂੰ ਲੈ ਕੇ ਆਜ਼ਾਦੀ ਦਾ ਮਹੋਸਤਵ ਇੱਕ ਕੈਂਪੇਨ ਤਿਆਰ ਕੀਤਾ ਗਿਆ ਔਰ ਹਰੇਕ ਨੂੰ ਜਾਗਰੂਕ ਕਰਕੇ ਆਜ਼ਾਦੀ ਦਾ ਮਹੋਸਤਵ ਨੂੰ ਸੈਲੀਬ੍ਰੇਟ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਬਹੁਤ ਸਾਰਾ ਇੱਕ ਕੈਂਪੇਨ ਚਲਾਇਆ ਜਾ ਰਿਹਾ ਪਰ ਆਮ ਆਦਮੀ ਇਸ ਆਜ਼ਾਦੀ ਦੇ ਮਹੌਸਵ ਨੂੰ ਲੈ ਕੇ ਆਜ਼ਾਦੀ ਦਾ ਅੰਮ੍ਰਿਤ ਜਿਹੜਾ ਇੱਕ ਮਹੌਸਵ ਦਾ ਨਾਮ ਰੱਖਿਆ ਗਿਆ ਇਹਨੂੰ ਲੈ ਕੇ ਕੀ ਸੋਚ ਰੱਖਦਾ ਸੋ ਇਹ ਸਾਰੀ ਵੀ ਜਾਣਨੀ ਬਹੁਤ ਜ਼ਰੂਰੀ ਹੈ ਕਿ ਆਮ ਆਦਮੀ ਇਸ ਮਹੌਸਵ ਨੂੰ ਕਿੱਦਾਂ ਮਨਾ ਰਿਹਾ ਔਰ ਉਹਦੇ ਬਾਰੇ ਕੀ ਸੋਚ ਰੱਖਦਾ ਸੋ ਇਹ ਸਾਰੇ ਮਾਮਲੇ ਦੇ ਵਿੱਚ ਅੱਜ ਅਸੀਂ ਖਾਸ ਤੌਰ ਤੇ ਪਹੁੰਚੇ ਹਾਂ ਇੱਕ ਸੂਝਵਾਨ ਜਿਹੜੇ ਹੈਗੇ ਬੁੱਧੀਜੀਵੀ ਹੈਗੇ ਆ ਸੀਏ ਅਮਰਜੀਤ ਕੰਬੋਜ ਜੀ ਜਿਹੜੇ ਕਿ ਇੱਕ ਐਨਜੀਓ ਵੀ ਚਲਾਉਂਦੇ ਆ ਸੋ ਇਹਨਾਂ ਨਾਲ ਗੱਲ ਕਰਦੇ ਆ ਕਿ ਆਜ਼ਾਦੀ ਦਾ ਇਹ ਜਿਹੜਾ ਇਹ ਅੰਮ੍ਰਿਤ ਮਹੋਤਸਵ ਹੈ ਇਹ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਸਰ ਨਮਸਕਾਰ ਨਮਸਕਾਰ ਸੰਦੀਪ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮੁੱਦੇ ਤੇ ਅੱਜ ਇਹ ਲੈ ਕੇ ਆਏ ਹੈਗੇ ਹੋ ਇਸ ਮੁੱਦੇ ਨੂੰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਜੀ ਕਾਫੀ ਸਮੇਂ ਤੋਂ ਸੈਂਟਰਲ ਗਵਰਨਮੈਂਟ ਦੇ ਇਨੀਸ਼ੀਏਸ਼ਨ ਤੇ ਜੋ ਸਾਡੀ ਭਾਜਪਾ ਦੀ ਗਵਰਨਮੈਂਟ ਸੈਂਟਰ ਚ ਹੈ ਔਰ ਆਨਰੇਬਲ ਪ੍ਰਾਈਮ ਮਿਨਿਸਟਰ ਦੇ ਇਨੀਸ਼ੀਏਟਿਵ ਤੇ ਇਹ ਅਸੀਂ ਥਰੋਅਆਊਟ ਕੰਟਰੀ ਦੇ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਆ ਬਹੁਤ ਅੱਛੀ ਗੱਲ ਹੈ ਉਹਨਾਂ ਨੇ ਨਾਲ ਸਲੋਗਨ ਦਿੱਤਾ ਹੈ ਹਰ ਘਰ ਤੇ ਰੰਗਾ ਬਹੁਤ ਅੱਛੀ ਗੱਲ ਹੈ ਲੋਕਾਂ ਦੇ ਵਿੱਚ ਆਜ਼ਾਦੀ ਦਾ ਇਹ ਜਜ਼ਬਾ ਆਣਾ ਚਾਹੀਦਾ ਹੈ ਦੇਸ਼ ਦੇ ਪ੍ਰਤੀ ਇੱਕ ਜਾਗਰੂਕਤਾ ਆਣੀ ਚਾਹੀਦੀ ਹੈ ਵੀ ਅਸੀਂ ਇਸ ਦੇਸ਼ ਦੀ ਕੰਟਰੀ ਦੇ ਇਸ ਦੇਸ਼ ਦੇ ਨਾਗਰਿਕ ਹੈ ਔਰ ਸਾਨੂੰ ਪੂਰੀ ਆਜ਼ਾਦੀ ਹੈ ਥੇ ਅਸੀਂ ਜਦੋਂ ਦੂਸਰੇ ਮੁਲਕਾਂ ਦੇ ਨਾਲ ਕੰਪੇਅਰ ਕਰਦੇ ਆ ਆਪਣੇ ਹਿੰਦੁਸਤਾਨ ਨੂੰ ਤਾਂ ਅਸੀਂ ਬੜਾ ਫਖਰ ਮਹਿਸੂਸ ਕਰਦੇ ਆ ਕਿ ਅਸੀਂ ਇੱਕ ਬਹੁਤ ਹੀ ਅੱਛੇ ਮੁਲਕ ਦੇ ਵਿੱਚ ਹੈ ਲੇਕਿਨ ਇਹਦੇ ਨਾਲ ਨਾਲ ਕਿਤੇ ਗਰਾਉਂਡ ਰਿਐਲਿਟੀਆਂ ਵੀ ਸਾਡੇ ਕੰਟਰੀ ਦੀਆਂ ਐਸੀਆਂ ਹਨ ਕਿ ਜਿੱਥੋਂ ਕਈ ਵਾਰੀ ਪਤਾ ਲੱਗਦਾ ਕਿ ਸ਼ਾਇਦ ਅਸੀਂ ਅੱਜ ਵੀ ਕਿਸੇ ਨਾ ਕਿਸੇ ਗੁਲਾਮੀ ਦੇ ਅੰਦਰ ਰਹਿ ਰਹੇ ਆ ਖਾਸ ਤੌਰ ਤੇ ਜਿਹੜਾ ਆਮ ਬੰਦਾ ਹੈ ਉਹ ਸਿਸਟਮਸ ਦੀ ਗੁਲਾਮੀ ਦੇ ਵਿੱਚ ਹੈ ਕਿਤੇ ਕਿਤੇ ਉਹਨਾਂ ਨੂੰ ਹਜੇ ਗਵਰਨਮੈਂਟ ਇਤਨੀਆਂ ਡਿਵੈਲਪਮੈਂਟ ਪ੍ਰੋਜੈਕਟਸ ਲੈ ਕੇ ਆ ਰਹੇ ਆ ਇਤਨਾ ਸੜਕਾਂ ਦਾ ਵਿਕਾਸ ਹੋ ਰਿਹਾ ਹੈ ਇਤਨੇ ਹੋਰ ਇਨਫਰਾਸਟ੍ਰਕਚਰ ਵਰਲਡ ਲੈਵਲ ਦੇ ਹਿਸਾਬ ਦੇ ਨਾਲ ਇਸ ਕੰਟਰੀ ਚ ਆ ਰਹੇ ਆ ਲੇਕਿਨ ਆਮ ਆਦਮੀ ਨੂੰ ਉਹਨਾਂ ਦਾ ਫਾਇਦਾ ਆਂਦੇ ਆਂਦੇ ਤੱਕ ਪਹੁੰਚਦੇ ਬਹੁਤ ਟਾਈਮ ਲੱਗਦਾ ਹੈ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਮੈਂ ਪੰਜਾਬ ਦਾ ਨਿਵਾਸੀ ਹੈਗਾ ਤੇ ਲੇਕਿਨ ਅੱਜ ਅਸੀਂ ਦੇਖੀਏ ਇੱਥੋਂ ਦਾ ਕਿੰਨਾ ਯੂਥ ਜਿਹੜਾ ਹੈਗਾ ਉਹ ਬਾਹਰ ਜਾ ਰਿਹਾ ਹੈ ਉਹਦਾ ਕਾਰਨ ਕੀ ਹੈ ਇੱਕ ਅਸੀਂ ਛੋਟੀ ਛੋਟੀ ਨੌਕਰੀਆਂ ਵੀ ਨਹੀਂ ਆਪਣੇ ਇੱਥੋਂ ਦੇ ਦੇਸ਼ ਦੇ ਨੌਜਵਾਨਾਂ ਨੂੰ ਦੇ ਸਕਦੇ ਹੈਗੇ ਮੈਂ ਬੜੀ ਧੇਰ ਪਹਿਲਾਂ ਇੱਕ ਕਿਹਾ ਸੀਗਾ ਕਿ ਸਾਡਾ ਇਹ ਕੰਟਰੀ ਜਿਹੜਾ ਇੱਕ ਸੋਸ਼ਲਿਸਟਿਕ ਇਕਨੋਮੀ ਤੋਂ ਹਟ ਕੇ ਇੱਕ ਕੈਪੀਟਲਿਸਟ ਇਕਨੋਮੀ ਵੱਲ ਬੰਦਾ ਜਾ ਰਿਹਾ ਜਿਸ ਤਰ੍ਹਾਂ ਬਾਹਰਲੇ ਮੁਲਕਾਂ 'ਚ ਚੰਦ ਲੋਕ ਬਹੁਤ ਵੱਡੇ ਐ ਜਿਹੜੇ ਵਰਲਡਵਾਈਡ ਰਾਜ ਕਰਦੇ ਐ ਮਲਟੀਨੇਸ਼ਨਲ ਕੰਪਨੀਆਂ ਹੈ ਲੇਕਿਨ ਹਿੰਦੁਸਤਾਨ ਚ ਦੇਖੀਏ ਤਾਂ ਸਾਡੀਆਂ ਇੱਥੇ ਕਿੰਨੀਆਂ ਕੰਪਨੀਆਂ ਜੜੀਆਂ ਹੈ ਉਹ ਮਲਟੀਨੇਸ਼ਨਲ ਲੈਵਲ ਦੇ ਉੱਪਰ ਆ ਰਹੀਆਂ ਹੈਗੀਆਂ ਔਰ ਆ ਸਕਦੀਆਂ ਹੈਗੀਆਂ ਲੇਕਿਨ ਉਹਦੇ باوجود ਕੀ ਹੈ ਕਿ ਅਸੀਂ ਕੈਪਟਲਿਸਟ ਇਕਨੋਮੀ ਚ ਇਸ ਤਰ੍ਹਾਂ ਆ ਰਹੇ ਆ ਕਿ ਜਿਹੜਾ ਛੋਟਾ ਕੰਮ ਕਰਨ ਵਾਲਾ ਵਪਾਰੀ ਆਦਮੀ ਹੈਗਾ ਉਹ ਹੁਣ ਆਪਣਾ ਕਾਰੋਬਾਰ ਚਲਾਣ ਦੀ ਬਜਾਏ ਉਹ ਸਰਵਿਸ ਸੈਕਟਰ ਦੇ ਵਿੱਚ ਆ ਰਿਹਾ ਵੀ ਜਿਸ ਤਰ੍ਹਾਂ ਇੱਕ ਵੱਡੀ ਕੰਪਨੀ ਕੰਮ ਕਰ ਰਹੀ ਹੈ ਉਹਨੇ ਥੱਲੇ ਬੜੇ ਤਰ੍ਹਾਂ ਦੇ ਸਰਵਿਸ ਪ੍ਰੋਵਾਈਡਰਸ ਰੱਖੇ ਹੋਏ ਆ ਤਾਂ ਜਿਹੜੇ ਛੋਟੇ-ਛੋਟੇ ਉਦਯੋਗਾਂ ਵਾਲੇ ਬੰਦੇ ਸੀ ਅੱਜ ਉਹ ਆਪਣਾ ਕਾਰੋਬਾਰ ਛੱਡ ਕੇ ਦੂਸਰੀ ਵੱਡੀਆਂ ਕੰਪਨੀਆਂ ਨੂੰ ਔਨ ਕੰਟਰੈਕਟ ਬੇਸਿਸ ਤੇ ਸਰਵਿਸ ਦੇ ਰਿਹਾ ਹੈ। ਤਾਂ ਉਹ ਉਹ ਸਿਸਟਮ ਦੀ ਗੁਲਾਮੀ ਦੇ ਵਿੱਚ ਅਸੀਂ ਆ ਰਹੇ ਆ। ਹਜੇ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਆ ਬਹੁਤ ਜ਼ਿਆਦਾ ਇਨਸੈਂਟਿਵ ਵੀ ਦੇ ਰਹੀਆਂ ਐ ਐਮ ਐਸ ਐਮਈ ਨੂੰ ਯਰ ਸਮਾਲ ਸਕੇਲ ਨੂੰ ਲੇਕਿਨ ਕੋਸਟ ਆਫ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਹੋ ਰਹੀ ਹੈ ਕਿ ਉਹਨਾਂ ਲਈ ਮੁਮਕਿਨ ਇਹ ਹੋ ਪਾ ਰਿਹਾ ਕਿ ਉਹ ਵਰਲਡਵਾਈਡ ਜਿਹੜੇ ਕੰਪੀਟੀਸ਼ਨ ਹੈਗੇ ਆ ਉਹਨਾਂ ਨੂੰ ਕਰ ਸਕੀਏ ਲੇਕਿਨ ਅਗਰ ਅਸੀਂ ਸ਼ਹਿਰ ਦੇ ਹਾਲਾਤ ਚਾਹੀਏ ਔਰ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਮੈਂ ਬੜੀ ਦੇਰ ਤੋਂ ਇਹ ਦੇਖ ਰਿਹਾ ਕਿ ਸ਼ਹਿਰ ਦੇ ਵਿੱਚ ਕੁਝ ਪ੍ਰੋਜੈਕਟਸ ਬੜੇ ਅੱਛੇ ਆ ਰਹੇ ਆ ਵੀ ਜਿਹਦੇ ਨਾਲ ਆਨ ਆਲੇ ਟਾਈਮ ਦੇ ਵਿੱਚ ਸੁੱਖ ਸਹੂਲਤਾਂ ਸ਼ਹਿਰ ਦੇ ਵਿੱਚ ਵਧਣ ਗਿਆ ਲੇਕਿਨ ਉਹਨਾਂ ਦੇ ਨਾਲ ਨਾਲ ਹਜੇ ਬਹੁਤ ਜ਼ਿਆਦਾ ਤਕਲੀਫ ਲੋਕਾਂ ਨੂੰ ਹੈ ਖਾਸ ਤੌਰ ਤੇ ਟ੍ਰੈਫਿਕ ਦੀ ਔਰ ਸੜਕਾਂ ਦੀ ਜੋ ਹਾਲਾਤ ਹੈਗੇ ਆ ਸਾਰੇ ਸ਼ਹਿਰ ਚ ਤੁਸੀਂ ਘੁੰਮ ਕੇ ਕਿਤੇ ਵੀ ਦੇਖ ਲਓ ਕੋਈ ਅੱਛੀ ਟ੍ਰੈਫਿਕ ਲਾਈਟ ਨਹੀਂ ਹੈ ਕੋਈ ਸਾਡੀ ਟ੍ਰੈਫਿਕ ਪੁਲਿਸ ਇੰਨੀ ਕੁ ਜ਼ਿਆਦਾ ਘਟ ਹੈ ਕਿ ਜਿੱਥੇ ਖਾਸ ਤੌਰ ਤੇ ਜਿਹੜੇ ਜ਼ਿਆਦਾ ਟ੍ਰੈਫਿਕ ਵਾਲੇ ਇਲਾਕੇ ਹੈ ਚੌਂਕ ਹੈ ਜਾਂ ਪੁਆਇੰਟਸ ਹੈ ਉਹਨਾਂ ਤੇ ਟ੍ਰੈਫਿਕ ਪੁਲਿਸ ਜਲਦੀ ਕਿਤੇ ਨਜ਼ਰ ਨਹੀਂ ਆਂਦੀ ਕਿਉਂਕਿ ਉਹ ਅਸੀਂ ਜਦੋਂ ਨਵੀਂ ਭਰਤੀ ਨਹੀਂ ਕਰਾਂਗੇ ਤੇ ਨਵੇਂ ਬੰਦੇ ਕਿੱਥੋਂ ਆਣਗੇ ਜਿਹੜੇ ਰਿਟਾਇਰ ਹੋਣ ਵਾਲੇ ਆ ਰਿਟਾਇਰ ਹੋ ਜਾਂਦੇ ਆ ਨਵੀਂ ਭਰਤੀ ਨਹੀਂ ਹੋ ਰਹੀ ਤਾਂ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈ ਸਿਵਲ ਐਡਮਿਨਿਸਟ੍ਰੇਸ਼ਨ ਔਰ ਜਿਹੜੇ ਵੀ ਸਾਡੇ ਰਾਜਨੀਤਿਕ ਨੇਤਾ ਹੈ ਮੈਂ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਉਹ ਆਪਣੇ ਆਪਣੇ ਸ਼ਹਿਰ ਆਪਣੇ ਆਪਣੇ ਇਲਾਕੇ ਆਲ ਜ਼ਰੂਰ ਧਿਆਨ ਦੇ ਤਾਂਕਿ ਅਸੀਂ ਇਸ ਆਜ਼ਾਦੀ ਦੇ ਅੰਮ੍ਰਿਤ ਮਹੋਸਤਵ ਔਰ 75ਵੇਂ ਸਾਲ ਨੂੰ ਵਾਕਈ ਯਾਦ ਰੱਖੀਏ ਕਿ ਸ਼ਹਿਰ ਦੇ ਵਿੱਚ ਅਗਰ ਕੋਈ ਚੇਂਜ ਆਂਦੀ ਹੈ ਕੋਈ ਬਦਲਾਵ ਆਂਦਾ ਹੈ ਤਾਂ ਅਸੀਂ ਵਾਕਈ ਕਹੀਏ ਕਿ ਇਸ ਸੈਸ਼ਨ ਦੇ ਉੱਪਰ ਜਾ ਕੇ ਇਸ ਮੌਕੇ ਤੇ ਆ ਕੇ ਸ਼ਹਿਰ ਦਾ ਕੋਈ ਸੁਧਾਰ ਹੋਇਆ। ਬਹੁਤ ਬਹੁਤ ਇਹ ਇਹ ਪੁੱਛਣਾ ਚਾਹਾਂਗਾ ਕਿ ਜਿੱਦਾਂ ਭ੍ਰਸ਼ਟਾਚਾਰ ਜਿਸ ਤਰੀਕੇ ਨਾਲ ਵੱਧਦਾ ਜਾ ਰਿਹਾ ਲੋਕ ਕਹਿੰਦੇ ਸੀਗੇ ਸਰਕਾਰਾਂ ਵਕ ਵਕ ਫੇ ਚਾਹੇ ਉਹ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਉਹ ਲਗਾਤਾਰ ਇਹ ਕੋਸ਼ਿਸ਼ ਕਰਦੀਆਂ ਰਹੀਆਂ ਜਾਂ ਦਾਅਵੇ ਕਰਦੀਆਂ ਕਿ ਭ੍ਰਸ਼ਟਾਚਾਰ ਅਸੀਂ ਡੇ ਬਾ ਡੇ ਖਤਮ ਕਰ ਦੇਣਾ ਭ੍ਰਸ਼ਟਾਚਾਰ ਮੁਕਤ ਕਰ ਦੇਣਾ। ਕੀ ਤੁਹਾਨੂੰ ਲੱਗਦਾ ਕਿ ਭ੍ਰਸ਼ਟਾਚਾਰ ਦੇ ਹਾਲਾਤ ਕੀ ਹੈ? ਤਾਜ਼ਾ ਹਾਲਾਤ ਕੀ ਹੈ? ਦੂਜਾ ਹਾਲਾਤ ਇਦਾਂ ਤੇ ਹੋ ਗਏ ਕਿ ਭ੍ਰਸ਼ਟਾਚਾਰ ਕਰਕੇ ਹੀ ਜਿੱਥੇ ਤੱਕ ਮੈਨੂੰ ਸਮਝ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਰਾਸ਼ਟਰੀਅਤਾ ਦੀ ਭਾਵਨਾ ਹੀ ਖਤਮ ਹੋ ਗਈ ਹੈ ਰਾਸ਼ਟਰੀਅਤੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਤੇ ਅਸੀਂ ਮਨਾ ਰਹੇ ਆਂ ਆਜ਼ਾਦੀ ਕਾਮਰੇਸ ਮਹੌਸਤ ਸੋ ਇਹਦੇ ਵਿੱਚ ਕਿੱਥੇ ਤੁਸੀਂ ਇਹਨੂੰ ਕੋਰੀਲੇਟ ਕਰਦੇ ਹੋ ਸੰਦੀਪ ਜੀ ਭ੍ਰਸ਼ਟਾਚਾਰ ਜਿਹੜਾ ਨਾ ਜੀ ਇੱਕ ਐਸਾ ਮੁੱਦਾ ਹੈ ਵੀ ਜਿਹਦੇ ਚ ਮੈਂ ਬਹੁਤ ਪਹਿਲਾਂ ਇੱਕ ਆਰਟੀਕਲ ਪੜਿਆ ਸੀ ਕਿ ਹਿੰਦੁਸਤਾਨ ਚ ਉਹ ਕਹਿੰਦੇ ਦੋ ਬਹੁਤ ਵੱਡੀਆਂ ਸਮੱਸਿਆਵਾਂ ਕ腐ਪਸ਼ਨ ਤੇ ਪਾਪੂਲੇਸ਼ਨ ਤੋ ਉਹ ਰਾਈਟਰ ਨੇ ਲਿਖਿਆ ਕਿ ਇਹ ਦੋਨਾਂ ਦੇ ਉੱਪਰ ਕੋਈ ਵੀ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ ਕਿਉਂਕਿ ਸ਼ਾਇਦ ਹਰ ਕੋਈ ਇਹਦੇ ਵਿੱਚ ਇੰਟਰਸਟਿਡ ਹੈ ਪਾਪੂਲੇਸ਼ਨ ਦੇ ਵਿੱਚ ਹੋ ਸਕਦਾ ਕੋਈ ਰਾਜਨੀਤਿਕ ਹੋਵੇ ਅਸੀਂ ਇਹਨੂੰ ਕਹਿੰਨੇ ਵੀ ਠੀਕ ਹੈ ਜੀ ਇਹ ਵੀ ਜਿਹੜੀ ਮੈਨ ਫੋਰਸ ਹੈ ਇਹ ਇੱਕ ਸਾਡਾ ਬਹੁਤ ਵੱਡਾ ਜਿਹੜਾ ਹੈਗਾ ਇਹ ਸਾਡਾ ਸੋਰਸ ਆਫ ਜਿਹੜਾ ਹੈਗਾ ਇਹ ਡਵੈਲਪਮੈਂਟ ਹੈ ਇਹ ਪਾਵਰ ਹੈ ਸਾਡੀ ਇਹਨੂੰ ਮੰਨਿਆ ਜਾਂਦਾ ਹੈ ਜ਼ਰੂਰ ਹੋਏਗੀ ਲੇਕਿਨ ਜਿੰਨੀ ਕਿ ਹਿੰਦੁਸਤਾਨ ਦੀ ਜਗ੍ਹਾ ਹੈ ਏਰੀਆ ਹੈ ਤੋ ਉਹਦੇ ਹਿਸਾਬ ਦੇ ਨਾਲ ਦੇਖੀਏ ਤਾਂ ਪਾਪੂਲੇਸ਼ਨ ਔਰ ਰਿਸੋਰਸਸ ਜਿਹੜੇ ਹਨ ਬਹੁਤ ਿਆਦਾ ਹਨ ਤੋ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਲੇਕਿਨ ਜਿੱਥੋਂ ਤੱਕ ਪ੍ਰਸ਼ਟਾਰਚਾਰ ਦਾ ਮੁੱਦਾ ਹੈ ਉਹਦੇ ਤੇ ਜਦੋਂ ਕਿਸੇ ਕੰਮ ਨੂੰ ਕਰਾਉਣ ਲਈ ਅਸੀਂ ਕਿਤੇ ਵੀ ਜਾਂਦੇ ਹਾਂ ਤਾਂ ਤੁਸੀਂ ਦੇਖੋਗੇ ਲਾਈਨਾਂ ਲੱਗੀਆਂ ਹੁੰਦੀਆਂ ਉੱਥੇ ਜਿਹੜਾ ਬੰਦਾ ਥੋੜਾ ਅਫੋਰਡ ਕਰ ਸਕਦਾ ਉਹ ਕਹਿੰਦਾ ਮੈਂ ਪਹਿਲਾਂ ਕੰਮ ਕਰਵਾ ਲਵਾਂ ਹੁਣ ਜਦੋਂ ਪਹਿਲਾਂ ਕੰਮ ਕਰਾਣਾ ਤੇ ਉਹਦਾ ਕੋਈ ਨਾ ਕੋਈ ਉਹ ਸ਼ੁਲਕ ਦੇਣ ਨੂੰ ਵੀ ਤਿਆਰ ਹੋ ਜਾਂਦਾ ਜੀ ਕਈ ਕੰਟਰੀਆਂ ਦੇ ਵਿੱਚ ਤਾਂ ਲਗਿਆ ਵੀ ਤੁਸੀਂ ਪ੍ਰਾਇਓਰਿਟੀ ਤੇ ਕੰਮ ਕਰਾਣਾ ਤੇ ਤੁਸੀਂ ਇਹ ਸ਼ੁਲਕ ਸਰਕਾਰੀ ਤੌਰ ਤੇ ਲਿਖੇ ਤੌਰ ਤੇ ਦੇ ਸਕਦੇ ਹੋ ਲੇਕਿਨ ਸਾਡੇ ਇੱਥੇ ਪ੍ਰਾਇਓਰਿਟੀ ਚਾਰजेस ਜਿਹੜੇ ਹਨ अर्ਲੀ ਬਰਡ ਚਾਰजेस ਕਹਿ ਲਓ ਜੋ ਮਰਜੀ ਕਹਿ ਲਓ ਜੀ ਲੇਕਿਨ ਸਾਡੇ ਮੁਲਕ 'ਚ ਉਹ ਹਜੇ ਕਿਉਂਕਿ ਸਭ ਨੂੰ ਬਰਾਬਰ ਮੰਨਿਆ ਜਾਂਦਾ ਚਾਹੇ ਉਹ ਕਿਸੇ ਵੀ ਤਬਕੇ ਤੋਂ ਹੈ ਤੋ ਇਸ ਚੀਜ਼ ਨੂੰ ਗਵਰਨਮੈਂਟ ਲਾਗੂ ਨਹੀਂ ਕਰ ਸਕਦੀ ਔਰ ਲੇਕਿਨ ਜਦੋਂ ਉੱਥੇ ਜਾਣੇ ਆ ਇੱਕ ਪਾਸੇ ਇੱਕ ਪਾਸੇ ਮੇਰਾ ਸਵਾਲ ਇਹ ਵੀ ਸਿਗਾ ਕਿ ਡੇ ਬਾਏ ਡੇ ਤੁਸੀਂ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਲੋਕਾਂ ਦੇ ਵਿੱਚ ਕਿੰਨੀ ਕੁ ਰਾਸ਼ਟਰੀਤਾ ਦੀ ਭਾਵਨਾ ਰਹਿ ਗਈ ਹੈ ਰਾਸ਼ਟਰੀਤਾ ਦੀ ਭਾਵਨਾ ਤਾਂ ਖਤਮ ਹੁੰਦੀ ਜਾ ਰਹੀ ਹੈ ਤੇ ਮਨਾ ਰਹੇ ਅਸੀਂ ਆਜ਼ਾਦੀ ਦਾ ਮਹੋਤਸਵ ਇਹਨੂੰ ਕਿੱਦਾਂ ਦੇਖਦੇ ਹੋ ਸਰ ਇੱਕ ਬੜਾ ਇੱਕ ਪੇਚੀਦਾ ਤੁਹਾਡਾ ਸਵਾਲ ਹੈ ਬਈ ਐਜ਼ ਏ ਇਸ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਬੜੇ ਫਖਰ ਨਾਲ ਕਰਾਂ ਕਹਾਗਾ ਕਿ ਮੈਨੂੰ ਕਿਸੇ ਟਾਈਮ ਬਹੁਤ ਆਫਰ ਸਿਗੀਆਂ ਬਾਹਰ ਆਂਦੀਆਂ ਲੇਕਿਨ ਮੈਂ ਉਸ ਕਦੀ ਵੀ ਬਾਹਰ ਜਾਣ ਦਾ ਵਿਚਾਰ ਨਹੀਂ ਕੀਤਾ ਤੋਂ ਅੱਜ ਮੈਨੂੰ ਪ੍ਰੈਕਟਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਤਕਰੀਬਨ 42 ਸਾਲ ਹੋ ਗਏ ਹਨ ਤੋਂ ਮੇਰੇ ਬੱਚੇ ਵੀ ਇਸੇ ਦੇਸ਼ ਦੇ ਵਿੱਚ ਹੈ ਤੋਂ ਮੈਂ ਤਾਂ ਫਖਰ ਮਹਿਸੂਸ ਕਰਦਾ ਕਿ ਮੈਂ ਇਸ ਦੇਸ਼ ਦਾ ਨਾਗਰਿਕਾਂ ਹੋਰ ਇਸ ਦੇਸ਼ ਦੇ ਵਿੱਚ ਹੀ ਹੈ ਜੀ ਐਸਾ ਨਹੀਂ ਹੈ ਕਿ ਜਿਹੜੇ ਬੱਚੇ ਬਾਹਰ ਗ ਜਾ ਰਹੇ ਆ ਜਾਂ ਜਿਹੜੇ ਲੋਕ ਬਾਹਰ ਬਸੇ ਹੋਏ ਆ ਉਹ ਇਸ ਦੇਸ਼ ਦੇ ਜਿਹੜੇ ਨਾਗਰਿਕ ਹੈ ਉਹ ਇਸ ਦੇਸ਼ ਦੇ ਵਸਿੰਦੇ ਨਹੀਂ ਹੈਗੇ ਆ ਬਿਲਕੁਲ ਹੈ ਉਹਨਾਂ ਨੂੰ ਬਾਹਰ ਬੈਠੇ ਵੀ ਇਸ ਦੇਸ਼ ਦੇ ਉੱਪਰ ਫਖਰ ਹੈ ਕਿਉਂਕਿ ਅੱਜ ਹਿੰਦੁਸਤਾਨ ਜਿਹੜਾ ਹੈ ਇੱਕ ਸੁਪਰ ਪਾਵਰ ਦੇ ਤੌਰ ਤੇ ਇਹ ਬਾਹਰ ਉੱਬਰ ਕੇ ਆ ਰਿਹਾ ਹੈ ਔਰ ਬੜੀ ਤੇਜ਼ੀ ਨਾਲ ਆ ਰਿਹਾ ਚਾਹੇ ਉਹਦੇ ਚ ਅਸੀਂ ਕਹੀਏ ਵੀ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਉਹਦਾ ਇੱਕ ਬਹੁਤ ਵੱਡਾ ਰੋਲ ਹੈ ਔਰ ਸਾਡੇ ਰਿਸੋਰਸਸ ਬੇਅੰਤਾਹ ਹੈ ਲੇਕਿਨ ਜਿਆਦਾ ਪਾਪੂਲੇਸ਼ਨ ਕਰਕੇ ਥੋੜੇ ਜਿਹਾ ਉਹਨਾਂ ਚ ਮਿਸ ਮੈਨੇਜਮੈਂਟ ਜਿਹੜੀ ਹੈ ਜਿੱਥੋਂ ਤੱਕ ਅਨਾਜ ਹੈ ਜਿੱਥੋਂ ਤੱਕ ਹੋਰ ਚੀਜ਼ਾਂ ਹੈ ਤੋ ਉਹ ਥੋੜੀਆਂ ਜਿਹੀ ਮਿਸ ਮੈਨੇਜਡ ਹੈ ਗਵਰਨਮੈਂਟ ਦਾ ਪੂਰਾ ਜ਼ੋਰ ਚੱਲ ਰਿਹਾ ਹੈਗਾ ਕਿਉਂਕਿ ਮੇਰਾ ਇਹ ਸੋਚ ਹੈ ਕਿ ਜਿੱਥੇ ਸਿਸਟਮ ਕੰਮ ਕਰ ਰਿਹਾ ਹੈ ਉੱਥੇ ਐਫੀਸ਼ੀਐਂਸੀ 90% ਹੈ ਜਿੱਥੇ ਹਿਊਮਨ ਇੰਟਰਫੇਸ ਆਰ ਸਿਸਟਮ ਕੰਮ ਕਰ ਰਹੇ ਆ ਉੱਥੇ 50 50 ਹੈ ਲੇਕਿਨ ਸਰਟਨਲੀ ਜਿੱਥੇ ਕੱਲਾ ਹਿਊਮਨ ਇੰਟਰਫੇਸ ਹੈ ਉੱਥੇ ਥੋੜੀ ਜੀ ਦਿੱਕਤਾਂ ਹੈ ਹੌਲੀ ਹੌਲੀ ਚੇਂਜ ਹੋ ਰਿਹਾ ਹੈ ਵਕਤ ਜ਼ਰੂਰ ਲੱਗੇਗਾ ਲੇਕਿਨ ਐਨੇ ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਚੀਜ਼ 'ਚ ਸੁਧਾਰ ਉਹਨਾਂ ਨੇ ਹੈ ਜਿੰਨਾ ਕ ਲੋਕ ਉਮੀਦ ਕਰਦੇ ਆਂ ਵੀ ਇਹ ਹੋਣਾ ਚਾਹੀਦਾ ਹੈ ਥੈਂਕ ਯੂ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸੀਗੇ ਸਾਡਾ ਸੀਏ ਅਮਰਜੀਤ ਕੰਬੋਤ ਜੀ ਜਿਨ੍ਹਾਂ ਨੇ ਆਪਣੀ ਵਿਊ ਦਿੱਤੇ ਕਿਤੇ ਨਾ ਕਿਤੇ ਜ਼ਮੀਨੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਆਜ਼ਾਦੀ ਕਾਮ ਅਮ੍ਰਿਤ ਮਹੋਸਾਵਸੀ ਮਨਾਤਾ ਰਹੇ ਹਨ ਪਰ ਜਿਸ ਹਿਸਾਬ ਨਾਲ ਆਜ਼ਾਦੀ ਮਿਲੀ ਸੀ ਜਿੰਨੇ ਸਾਲ ਹੋ ਚੁੱਕੇ ਹੈ ਉਸ ਹਿਸਾਬ ਨਾਲ ਤਰੱਕੀ ਨਹੀਂ ਹੋਈ ਜਾਂ ਉਸ ਹਿਸਾਬ ਨਾਲ ਸੁਧਾਰ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸੀ ਸੋ ਉਮੀਦ ਕਰਦੇ ਹਾਂ ਸਾਡਾ ਇਹ ਫੀਡਬੈਕ ਸਰਕਾਰਾਂ ਦੇ ਸਰਕਾਰੀ ਤੰਤਰ ਦੇ ਜਿਹੜੇ ਹੈਗੇ ਆ ਲੋਕਾਂ ਤੱਕ ਜ਼ਰੂਰ ਪਹੁੰਚੇਗਾ ਤੇ ਉਹ ਜਨਤਾ ਦੀ ਉਮੀਦ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੁਧਾਰ ਜ਼ਰੂਰ ਜਾਰੀ ਰੱਖਣਗੇ ਦੇਖਦੇ ਰਹੋ ਬਨੇ ਰਹੋ ਜਨ ਹਿੱਤ ਸੇਤਨਵਾਦ ਜੇ ਤੁਹਾਨੂੰ ہماری ਇਹ ਵੀਡੀਓ ਪਸੰਦ ਆਈ ਤਾਂ ہمارے ਚੈਨਲ ਕੋ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੇਂ ਐਸੀ ਔਰ ਅਪਡੇਟਸ ਦੇਖਣੇ ਲਈ ਬੈਲ ਆਈਕਨ ਜ਼ਰੂਰ ਦਬਾਏ